ਪੜਦਾਦਾ ਜੀ ਆ ਗਏ, ਪੜਦਾਦਾ ਜੀ। ਬਹੁਤ ਸੋਹਣੀ ਧੁੱਪ ਨਿਕਲੀ ਆ ਬਈ ਸੂਰਜ ਜੀ। ਅੱਜ ਮੇਰਾ ਪੁੱਤ ਪੋਤਾ ਮੇਰਾ ਨਾਲ ਹੈ। ਕਿਆ ਕਰਾਂ ਮਾਤਾ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਗੁੱਡ ਮਾਰਨਿੰਗ ਮੇਰੇ ਵੱਲੋਂ, ਕਾਕੇ ਵੱਲੋਂ। ਨਹਾਤਾ ਨੀ ਹਫ਼ਤੇ ਤੋਂ, ਮੁਸ਼ਕਿਲ ਆ ਨਾ ਮੰਮੀ। ਮੈਂ ਇਹਦੀ ਮਾਂ ਨਹਾਤੀ, ਨਾ ਇਹ ਨਹਾਤਾ, ਨਾ ਕੱਕੋ ਫਿਰ ਮੈਨੂੰ ਕੰਮ ਚੁਕਾਉਂਦਾ ਤਾ ਫਿਰ ਮੈਨੂੰ ਪੜਦਾਦਾ ਜੀ ਆ ਗਏ, ਪੜਦਾਦਾ ਜੀ। ਲੰਮਾ ਜਾਊਗਾ ਮੇਰੇ ਤੋਂ। ਪੜਦਾਦੇ ਬਣ ਗਏ ਹੈ, ਦਾਦਾ ਜੀ ਪੜਦਾਦਾ ਜੀ। ਬਹੁਤ ਸੋਹਣੀ ਧੁੱਪ ਨਿਕਲੀ ਆ ਬਈ ਸੂਰਜ ਜੀ। ਕਾਕੂ ਧੁੱਪ ਲੈਣ ਆਇਆ ਉੱਪਰ ਛੱਤ ਤੇ ਓਏ ਕਾਕੂ। ਸਰੀਂ ਕਦੋਂ ਬੰਨਣੇ? ਅੱਜ ਸ਼ਾਮ ਨੂੰ 4 ਵਜੇ ਬਣਵਾ ਦਾਂਗੇ। 4 ਵਜੇ ਸਰੀਂ ਬੰਨ ਦੇਣਾ। ਹਾਏ ਗਮਲੇ ਵੀ ਸੁੱਕ ਗਏ ਆਪਣੇ ਤਾਂ। ਜਾ ਕੇ ਸਮਾਨ ਲੈ ਕੇ ਆਈਏ ਥੋੜਾ ਜਿਹਾ, ਨਾਲੇ ਨਿੰਮ ਵੇਖੀਏ ਕਿੱਥੋਂ ਮਿਲਦੀ। ਨਿੰਮ ਤਾਂ ਇੱਥੇ ਜਾ ਆਪਾਂ ਪੱਟ ਲੈਣੇ ਕਿਤੋਂ। ਹਾਂ ਇਹ ਤਾਂ ਪਲਾਸ਼ੀ ਜੋ ਪੱਟ ਲੈਣੇ। ਅੱਛਾ ਡਬਲ ਬੰਨਿਆ ਜਾਊਗਾ? ਕਹਿੰਦੇ ਸਿੰਗਲ ਨਹੀਂ ਬੰਨਣਾ। ਡਬਲ ਕਿਵੇਂ? ਹਾਂਜੀ ਕਹਿੰਦੀ ਵੀ ਇਕੱਲਾ ਇੱਕ ਇੱਕ ਸੀਰ ਨਹੀਂ ਬੰਨਿਆ ਜਾਂਦਾ। ਠੀਕ ਹੈ, ਧੁੱਪ ਲਈ ਜਾਂਦੀ ਹੈ ਓਏ। ਹੈਂ ਠੀਕ ਹੈ ਨਾ ਮੰਮਾ, ਅੱਖਾਂ ਤਾਂ ਨਹੀਂ ਖੋਲੀਆਂ ਧੁੱਪ ਚ? ਨਹੀਂ ਅਜੇ ਖੋਲੀਆਂ ਨਹੀਂ। ਖੋਲੀਆਂ ਨੇ ਨਾ, ਸੁੱਤਾ ਪਿਆ ਤਾਂ। ਗਿੱਧਾ ਆਈਆਂ ਪਈਆਂ, ਗਿੱਧਾ ਮੇਰੇ ਪੁੱਤ ਤੇ ਗਿੱਧਾ। ਗਿੱਧਾ ਆਈਆਂ ਪਈਆਂ, ਗਿੱਧਾ। ਕਹਿੰਦੇ ਦਾਦੀ ਮਾਂ ਨੂੰ ਬਹੁਤ ਬਹੁਤ ਵਧਾਈਆਂ ਹੁਣ ਦਾਦੀ ਬਣਨ ਦੀਆਂ। ਅੱਛਾ ਕਹਿੰਦੇ ਹੁੰਦੇ ਭਾਈ ਦਾਦੀਆਂ ਨੂੰ ਪੋਤੇ ਪਿਆਰੇ ਕਿ ਨਹੀਂ, ਉਸ ਮਾਲਕ ਦੀ ਮਿਹਰ ਹੋਈ ਹੈ ਮੇਰੇ ਤੇ ਦੁਬਾਰਾ। ਉਹ ਕਹਿੰਦੇ ਹੁੰਦੇ ਨਾ ਵੀ ਵੱਡੇ ਪਿਆਰੀ ਲੈ ਕੇ ਗਿਆ ਸੀ ਮੇਰੇ ਕੋਲ, ਤਾਂ ਮੈਨੂੰ ਅੱਜ ਉਹਨੇ ਛੋਟੇ ਪਿਆਰੀ ਮੋੜ ਦਿੱਤਾ। ਉਸ ਮੈਂ ਮਾਲਕ ਦਾ ਫੇਰ ਸ਼ੁਕਰਾਨਾ ਕਰਦੀ ਹਾਂ। ਤਾਂ ਜੋ ਵੀ ਕਮੈਂਟ ਆਈ ਜਾਂਦੇ ਆ ਵੀ ਇੱਕ ਦਾਦੀ ਨੂੰ ਕਿੰਨੀ ਖੁਸ਼ੀ ਹੋ ਰਹੀ ਹੈ ਪੋਤੇ ਦੀ, ਤਾਂ ਅੱਜ ਮੈਨੂੰ ਖੁਸ਼ੀ ਬਹੁਤ ਹੈ, ਮੈਂ ਖੁਸ਼ੀ ਇਜ਼ਹਾਰ ਨਹੀਂ ਕਰ ਸਕਦੀ। ਠੀਕ ਹੈ ਨਾ, ਤੇ ਇਹੀ ਕਹਿਣਾ ਚਾਹੁੰਦੀ ਹਾਂ ਵੀ ਜਿਨ੍ਹਾਂ ਜਿਨ੍ਹਾਂ ਨੇ ਮੈਨੂੰ ਕਮੈਂਟ 'ਚ ਪਿਆਰ ਭੇਜਿਆ, ਮੈਂ ਉਹਨਾਂ ਦਾ ਦਿਲੋਂ ਥੈਂਕਸ ਕਰਦੀ ਹਾਂ, ਤੈਨੂੰ ਧੰਨਵਾਦ ਕਰਦੀ ਹਾਂ। ਸਹੀ ਹੈ, ਇੰਨੇ ਕਮੈਂਟ ਕਰਨ ਦੇਣ ਵਾਸਤੇ। ਅਤੇ ਉਸ ਮਾਲਕ ਦਾ ਵੀ ਸ਼ੁਕਰਾਨਾ ਕਰਦੀ ਹਾਂ ਮੈਂ ਜਿਹਨੇ ਮੈਨੂੰ ਪੁੱਤ ਦੇ ਰੂਪ 'ਚ ਪੋਤਾ ਮੋੜਤਾ। ਕਹਿੰਦੇ ਨੀਤ ਨਹੀਂ ਫਲੀਆਂ ਹੁੰਦੀਆਂ ਨੇ, ਬਸ ਜੇ ਨੀਤ ਸਾਫ਼ ਹੈ ਤਾਂ ਨੀਤ ਨਹੀਂ ਫਲੀਆਂ ਨੇ। ਕਹਿੰਦੇ ਹੁੰਦੇ ਨਾ ਸਬਰ ਦਾ ਫਲ ਮਿੱਠਾ ਮਿਲਦਾ, ਕਿਉਂਕਿ ਮੈਂ ਇਸ ਬੱਚੇ ਵਾਸਤੇ 4 ਸਾਲ ਵੇਟ ਕੀਤੀ ਹੈ ਮੈਂ ਵੀ ਮੇਰਾ ਵਾਪਸ ਆ ਜੂਗਾ, ਤਾਂ ਉਹ ਅੱਜ ਮਾਲਕ ਨੇ ਮੈਨੂੰ ਵਾਪਸ ਦੇ ਤਾ। ਇਸ ਮਾਲਕ ਦਾ ਅਸੀਂ ਸ਼ੁਕਰਾਨਾ ਕਰਦੇ ਹਾਂ, ਤੇ ਮੈਂ ਇਹਨੂੰ ਆਪਦੀ ਜਾਨ ਤੋਂ ਵੀ ਵੱਧ ਕੇ ਰੱਖੂੰਗੀ, ਇੰਨਾ ਪਿਆਰ ਕਰੂੰਗੀ ਜਿਵੇਂ ਮੈਂ ਆਪਦੇ ਬੱਚਿਆਂ ਨੂੰ ਕੀਤਾ ਸੀ। ਇਹ ਵੀ ਮੇਰਾ ਪੋਤਾ ਹੈ। ਹਾਂ ਸਹੀ ਹੈ, ਬਹੁਤ ਖੁਸ਼ੀ ਯਾਦ ਕੀਤੀ ਹੈ, ਬਹੁਤ ਜਣੇ ਕਿਹਾ ਖੁਸ਼ੀ ਇਜ਼ਹਾਰ ਨਹੀਂ ਕਰ ਸਕਦੀ ਅੱਜ।
ਅੱਜ ਮੇਰਾ ਪੋਤਾ ਮੇਰਾ ਨਾਲ ਹੈ, ਬਸ ਮੈਨੂੰ ਹੋਰ ਕੁਛ ਨੀ ਚਾਹੀਦਾ ਗਾ। ਸਹੀ ਹੈ, ਮੈਨੂੰ ਸਭ ਤੋਂ ਵੱਡਾ ਦੁਨੀਆ ਦਾ ਗਿਫਟ ਮਿਲ ਗਿਆ ਜੋ ਮੈਂ ਮੰਗਦੀ ਸੀ। ਵਾਹਿਗੁਰੂ ਦੇ ਮੂਹਰੇ। ਸਹੀ ਹੈ, ਚੱਲ ਕੋਈ ਨੀ, ਸੈਡ ਨਾ ਹੋਇਆ ਕਰ ਮਾਤਾ, ਸੈਡ ਨੀ ਹੁੰਦੇ ਹੁੰਦੇ ਮੰਮੀ ਜੀ। ਧੁੱਪ ਲਈ ਜਾਂਦਾ ਇਹ, ਜਿਹਨੇ ਖੁਸ਼ੀ ਚ ਸ਼ਾਮਿਲ ਹੋਣਾ ਹੋਇਆ ਵਧੀਆ ਆਪਣੇ ਨਾਲ ਆਣਾ, ਆਪਾਂ ਨੂੰ ਕੀ ਦਿੱਕਤ ਹੈ ਯਾਰ। ਮੈਂ ਇੱਕ ਕਮੈਂਟ ਵਿੱਚ ਹੋਰ ਵੀ ਕੁਝ ਕਹਿਣਾ ਚਾਹੂੰਗੀ, ਚੱਲ ਕਰਿਆ ਕਰੋ, ਠੀਕ ਹੈ ਨਾ। ਵੀ ਜੋ ਸਾਡੇ ਬਲੌਗ ਦੇਖਦੇ ਆ, ਜੋ ਨਹੀਂ ਦੇਖਦੇ ਆ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਹਾਂਜੀ, ਮੈਂ ਦਿਲੋਂ ਪਿਆਰ ਸਤਿਕਾਰ ਕਰਦੀ ਹਾਂ ਉਹਨਾਂ ਦਾ। ਹਾਂ ਨਹੀਂ, ਕਮੈਂਟ ਬਹੁਤ ਆਏ ਮੰਮੀ ਤੁਹਾਡੇ, ਬਹੁਤੇ ਵੀ ਇੰਸਟਾ ਤੇ ਬਹੁਤ ਕਮੈਂਟ ਗਏ ਤੁਹਾਨੂੰ। ਮੈਂ ਕਹਿੰਦੀ ਹਾਂ ਵਾਹਿਗੁਰੂ ਸਭ ਦੀ ਸੁਣੇ, ਜਿਹਨੂੰ ਧੀ ਦੀ ਲੋੜ ਹੈ ਉਹਨੂੰ ਧੀ ਦੇਵੇ, ਜਿਹਨੂੰ ਪੁੱਤ ਦੀ ਲੋੜ ਹੈ ਪੁੱਤ ਦੇਵੇ। ਸਹੀ, ਪੁੱਤ ਮਿੱਠੜੇ ਮੇਵੇ ਰੱਬ ਸਭ ਨੂੰ ਦੇਵੇ, ਸਭ ਨੂੰ ਦੇਵੇ, ਹੈਨਾ। ਉਹ ਕਹਿਣਾ ਬਹੁਤ ਚਾਹੁੰਦੀ ਸੀ ਪਰ ਮੈਂ ਕਹਿ ਨਹੀਂ ਪਾ ਰਹੀ ਸੀ। ਚਲੋ ਮੈਂ ਕਹੂੰਗੀ ਜ਼ਰੂਰ ਕਮੈਂਟ ਦੇ ਵਿੱਚ। ਕੋਈ ਨਾ, ਚੱਲ ਸੈਡ ਨਾ ਹੋਇਆ ਕਰ, ਹੁਣ ਤਾਂ ਖੁਸ਼ੀਆਂ ਦਾ ਟਾਈਮ ਹੈ ਸੁੱਖ ਨਾਲ। ਬਿਲਕੁਲ ਖੁਸ਼ੀਆਂ ਦਾ ਟਾਈਮ ਹੈ ਪੁੱਤ। ਹਾਂ ਜੀ, ਤੁਸੀਂ ਕੁਝ ਕਹਿਣਾ? ਰੁਮਾਲ ਦਾ ਕੀ ਮੋਟਿਵ ਹੁੰਦਾ? ਰੁਮਾਲ ਵੀ ਨਿੰਬ ਦੀ ਤਿਆਰੀ ਹੋ ਗਈ, ਸੱਤ ਸੱਤ ਆਣੀਆਂ ਤੁੜ ਕੇ ਨਾ ਐ ਕਰਤਾ ਖੰਮਣੀ ਨਾਲ ਬੰਨ ਤੇ, ਹੁਣ ਹਰੀ ਬਣ ਤੇ ਤਿਆਰੀ ਹੋਊਗੀ। ਸਾਰਾ ਸਮਾਨ ਹੈ ਮੰਮੀ, ਇਹ ਕਿਵੇਂ ਲੱਗਣਗੇ ਆਪਣੇ ਰੁਮਾਲ? ਬਕਸੂਏ ਨਾਲ ਲਾਵਾਂਗੇ। ਆਹ ਸੀਗਾ ਪਾਪੂ, ਹਾਏ ਆਹ ਤਾਂ ਵੱਜਦਾ ਨੀ, ਆਹ ਵੱਜਦਾ ਆਹ ਮੈਨੂੰ ਯੋਗ। ਇੱਕ ਦੋ ਤਿੰਨ ਚਾਰ ਪੰਜ ਹੋ ਗਏ ਮੰਮੀ, ਇੱਕ ਦੋ ਤਿੰਨ ਚਾਰ ਪੰਜ ਹੋ ਗਈਆਂ। ਰੱਖ, ਕਿਵੇਂ ਕਰੋਗੇ ਹੁਣ? ਮੰਮੀ ਚਾਹ ਪੀ ਜਾਂਦੀ ਹੈ ਇਕੱਲੇ, ਸਾਡੀ ਵੀ ਚਾਹ ਆ ਗਈ, ਚਾਹ ਤਾਂ ਸਾਡੀ ਵੀ ਆ ਗਈ। ਮੰਮੀ ਚਾਹ ਨਾਲ ਬਰਫੀ ਖਾਈ ਜਾਂਦੀ ਹੈ। ਕਾਕੇ ਠੰਡ ਹੋ ਗਈ ਓਏ, ਠੰਡ ਮੰਮੀ
ਛਣਕ ਰਹੇ ਪੂਰੇ, ਇੱਕ ਉਧਰ ਲੱਗ ਗਿਆ ਇੱਕ ਕਿੱਥੇ ਲੱਗ ਗਿਆ। ਸੋਹਣਾ ਬਣ ਗਿਆ ਨਿੰਮ ਪੂਰਾ, ਕਿੱਥੇ ਬਣਦੇ ਮੰਮਾ। ਨਿੰਮ ਤੋਤਾ ਛਣਕਣਾ, ਰੁਮਾਲ ਕਾਕਾ ਜੀ ਰੁਮਾਲ ਛਣਕਣਾ। ਸੋਹਣਾ ਤਿਆਰ ਹੋ ਗਿਆ ਆਪਣੀ ਗੇਟ ਦਾ। ਲਓ ਜੀ ਇੱਕ ਸਰੀ ਹੋ ਗਿਆ ਤਿਆਰ ਆਪਣੇ ਗੇਟ ਦਾ। ਕਾਕਾ ਜੀ ਲੁਗੇ ਆਪਣੇ, ਕਾਕਾ ਜੀ ਬਚਾ ਲਿਆ ਗਏ, ਰੁਮਾਲ ਜੀ ਵੀ ਲੁਗੇ, ਗੁਬਾਰੇ ਵੱਡੇ ਹੋ ਗਏ ਨਾ, ਹਨਾ। ਹਾਂ ਐਂ ਜੀ ਹੋ ਗਿਆ, ਬਾਕੀ ਸੋਹਣਾ ਬਣ ਗਿਆ, ਬਣ ਗਿਆ ਬਹੁਤ ਸੋਹਣਾ ਬਣਿਆ, ਮੈਨੂੰ ਤਾਂ ਸੋਹਣਾ ਲੱਗਿਆ। ਇਹ ਸਰੀ ਵੀ ਤਿਆਰ ਹੋ ਗਿਆ ਜੀ, ਪਿੰਕ ਵਾਲਾ। ਹੋਰ ਮੈਂ ਚੜ ਜਾਂਦਾ ਆਂਟੀ ਨੂੰ ਬੰਨ ਲੈਂਦਾ, ਕੋਈ ਨੀ ਇੱਕ ਵਾਰੀ ਮਾੜਾ ਮੋਟਾ ਹੋ ਜੂ, ਬਾਕੀ ਮੈਂ ਬੰਨ ਲੱਡੂ ਤਾਂ ਲੈ ਕੇ ਜਾਣੇ ਆ, ਮੂੰਹ ਤਾਂ ਮਿੱਠਾ ਕਰੋ। ਪਾਰਟੀ ਕੈਮ ਕਰਾਂਗੇ, ਪਾਰਟੀ ਸੋਹਣੀ ਜੀ ਕਰਾਂਗੇ। ਨਿੰਮ ਮੰਨਣ ਦੀ ਸਮਰੱਥਾ ਹੋ ਚੁੱਕੀ ਜੀ, ਆਪਣੇ ਘਰ ਵੀ ਨਿੰਮ ਮੰਨਿਆ ਗਿਆ ਤੇ ਮੇਰੇ ਤਾਏ ਦੇ ਘਰ ਵੀ ਨਿੰਮ ਮੰਨ ਕੇ ਆਏ ਹੋਣੇ ਚਾਹੀਦੇ ਹੁੰਦੇ। ਹਾਂਜੀ ਗੱਲ ਹੈ ਕੋਈ ਯਾਰ, ਦੱਸ ਹੁਣ ਅਸੀਂ ਨੇਮ ਮੰਨ ਗਏ ਤੇ ਕੱਲ ਨੂੰ ਆਪਾਂ ਕੀ ਕਰਨਾ, ਬੇਟਾ ਬੇਬੀ ਦਾ ਨੇਮ ਦੱਸਣਾ ਹਨਾ, ਕੱਲ ਦੇ ਬਲੌਗ ਚ ਦੱਸਣਾ, ਨਹੀਂ ਅੱਜ ਹੀ ਦੱਸਣਾ, ਅੱਜ ਹੀ ਦੱਸਣਾ, ਕਿਉਂਕਿ ਆਪਾਂ ਕੱਲ ਲਵੂ ਜਿਹੜੀ ਡਿਸਕ੍ਰਿਪਸ਼ਨ ਪਾਈ ਸੀ ਉਹਦੇ ਵਿੱਚ ਲਿਖਿਆ ਸੀ ਵੀ ਕਿ ਆਪਾਂ ਬੇਬੀ ਦਾ ਲਵੂ ਅੱਜ ਦਾ ਡਿਸਕ੍ਰਿਪਸ਼ਨ ਕੀ ਸੀਗਾ। ਹਾਂ ਕਦੋਂ ਕਰਾਂਗੇ ਤਾਂ ਅੱਜ ਕਰਾਂਗੇ। ਚਲੋ ਬੇਬੀ ਦਾ ਨੇਮ ਆਪਾਂ ਨੇ ਬਹੁਤ ਸੋਚਿਆ ਤੇ ਉਹਦੇ ਵਿੱਚ ਉਹੀ ਰੱਖਿਆ ਗਿਆ ਜੋ ਬੇਬੀ ਦਾ ਨੇਮ ਹੈ, ਜਿਹੜੇ ਕਿ ਆਪਾਂ ਨੂੰ ਕਮੈਂਟ ਆਏ ਸੀਗੇ, ਆਪਾਂ ਨੂੰ ਐਕਚੁਅਲੀ ਕਮੈਂਟ ਆਏ ਸੀ ਬਹੁਤ ਸੋਹਣੇ ਸੋਹਣੇ ਤੇ ਬਹੁਤ ਹੀ ਜ਼ਿਆਦਾ ਕਮੈਂਟ ਆਏ ਸੀ, ਮੇਰੇ ਖਿਆਲ 1000 2000 ਦੇ ਆਸ ਪਾਸ ਕਮੈਂਟ ਸੀ, ਬਹੁਤ ਸੋਹਣੇ ਸੋਹਣੇ ਨਾਮ ਸੁਜੈਸਟ ਕੀਤੇ ਗਏ ਸੀ ਏ ਲੈਟਰ ਤੇ, ਜਿਹੜਾ ਆਪਾਂ ਬਲੌਗ ਪਾਇਆ ਸੀ ਏ ਲੈਟਰ ਤੇ ਜੋ ਨਾਮ ਆਏ ਨੇ ਉਹ ਆਪਣੇ ਕੋਲ ਟ੍ਰੈਂਡਿੰਗ 'ਤੇ ਨੇ, ਕਾਫੀ 4-5 ਨਾਮ ਜੋ ਕੱਢੇ ਗਏ ਨੇ ਉਹਨਾਂ ਦੇ ਵਿੱਚੋਂ ਇੱਕ ਨਾਮ ਆਊਗਾ ਤੇ ਥੈਂਕ ਯੂ ਬਹੁਤ ਬਹੁਤ ਉਹਨਾਂ ਦਾ ਨਾਮ ਹੈ ਸਪੈਸ਼ਲ, ਹੁਣ ਮੇਰੇ ਕੋਲ ਸਕਰੀਨਸ਼ੋਟ ਨਹੀਂ ਹੈਗਾ, ਬਾਕੀ ਜਦੋਂ ਮੈਂ ਨਾਮ ਰੱਖਿਆ ਨਾ ਤੁਸੀਂ ਮੈਨੂੰ ਉਹ ਜ਼ਰੂਰ ਦੱਸਿਓ ਵੀ ਇਹ ਨਾਮ ਕਿਹਨੇ ਸੁਜੈਸਟ ਕੀਤਾ ਸੀਗਾ, ਵੀ ਉਹ ਲਿਖਿਓ ਵੀ ਇਹ ਨਾਮ ਇਹਨੇ ਸੁਜੈਸਟ ਕੀਤਾ ਸੀ ਤੇ ਬਾਈ ਬਣਿਆ ਉਹ। ਹਾਂਜੀ ਬੇਬੀ ਦਾ ਫੇਸ ਤਾਂ ਆਪਾਂ ਇੱਕ ਮਹੀਨੇ ਸਵਾ ਮਹੀਨੇ ਦੇ ਦਿਖਾਵਾਂਗੇ ਹਨਾ। ਸੁੱਤੇ ਪਏ ਅੱਜ, ਨਹਾਈ ਧੋਈ ਹੋਈ ਆ ਕਾਕਾ ਜੀ ਸਾਡੀ, ਨਹਾਉਣ ਧੋਣ ਤੋਂ ਬਾਅਦ ਤਾਂ ਬਾਈ ਕਾਕਾ ਜੀ ਸਾਡੇ ਐ ਹੋ ਗਏ ਹੈ, ਕੀ ਕਹਿੰਦੇ ਸੀ ਕੀ ਕਹਿੰਦੇ ਸੀ ਕਾਕਾ ਜੀ ਸਾਡੇ ਅੱਜ 5-5 ਦਿਨਾਂ ਦੇ ਨਹਾਏ ਆ, 5 ਦਿਨਾਂ ਬਾਅਦ ਨਹਾਤੇ ਸੀਗੇ, ਪਰ ਐ ਹੋ ਗਈ ਸੀ ਗੱਲਬਾਤ ਹੋ ਗਈ ਸੀ ਹੁਣ, ਬਿਲਕੁਲ ਜੀ ਪੂਰੇ ਗੋਰੇ ਗੋਰੇ ਨਿਕਲ ਗਏ ਸੀ, ਇਹ ਤਾਂ ਹੈਗਾ ਕਾਕੂ ਸਾਡਾ ਗੋਰੇ ਗੋਰੇ ਹੁਣ ਵੀ ਸੁੱਤਾ ਪਿਆ, ਹਾਂ ਸਾਨੂੰ ਚੱਕਣ ਦਾ ਟਾਈਮ ਪਤਾ ਨਹੀਂ ਕਦੋਂ ਮਿਲੂਗਾ, ਕਦੋਂ ਹੀ ਉੱਠੂਗਾ ਸਾਡਾ ਸ਼ੇਰ,
ਸੋ ਰਿਹਾ ਤਾਂ ਆਰਾਮ ਆਰਾਮ ਕਰਨ ਚੱਲ ਰਿਹਾ। ਹਾਂਜੀ।